ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ 3 ਨਗ ਸ਼ੇਰ ਲਈ ਲੈ ਕੇ ਆਏ ਜੀ। 1 ਬਈ ਮੱਝ ਆ, ਟੌਪ ਬਰੀਡ ਆ ਗਈ, 1 ਬਈ ਜਰਸੀ ਬੈੜ ਆ। ਪਹਿਲਾ ਸੂਆ ਦੰਦੋਂ ਖੀਰੀ ਆ, ਥਣਲੇਵਾ ਬੜਾ ਕਮਾਲ ਦਾ, ਫੇਸ ਬੜਾ ਪਿਆਰਾ ਬਾਈ। 1 ਬੈੜ ਤਾਜ਼ੀ ਸੂਈ ਆ, ਥਣਲੇਵਾ ਬਹੁਤ ਆ ਬੈੜ ਦੇ। ਆਓ ਪੁੱਛ ਲੈਂਦੇ ਹਾਂ ਬਾਈ ਤੋਂ, ਜਾਣਦੇ ਹਾਂ ਇਕੱਲੀ ਇਕੱਲੀ ਡਿਟੇਲ ਅੱਜ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਹੋ? ਵਧੀਆ। ਹਾਂ ਜੀ ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਪਿੰਡ ਢਿੱਲਵਾਂ ਜੀ, ਜ਼ਿਲ੍ਹਾ ਬਰਨਾਲਾ ਜੀ, ਤੇ ਤਹਿਸੀਲ ਤਪਾ। ਤਪਾ ਤਹਿਸੀਲ ਆ, 4-5 ਕਿਲੋਮੀਟਰ ਤਪਾ ਪਿੰਡ ਪੈਂਦਾ ਜੀ। ਠੀਕ ਆ, ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ 85 ਜੀ 281 ਜੀ 90-04 ਜੀ। ਠੀਕ ਆ ਬਾਈ। ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇਖਦੇ, ਕਿਹੜਾ ਸੂਆ ਸੁਣਦੀ ਆ? ਤੀਜਾ ਸੁਣਦੀ ਆ ਜੀ। ਕਿੰਨੇ ਦਿਨ ਲੈਂਦੀ ਆ ਬਾਈ? ਹਾਲੇ ਲੈ ਜੂ ਜੀ, 10 ਦਿਨ ਖੁੱਲੇ ਸੀ। 10 ਦਿਨਾਂ ਦੀ ਖੱਚੀ ਆ। ਕੀ ਰਿਕਾਰਡ ਆ ਦੁੱਧ ਦਾ ਬਾਈ? ਦੁੱਧ ਦਾ ਜਿਹਨੇ ਪਹਿਲੇ ਸੂਏ ਦਾ ਕੱਢਿਆ ਸੀ 12 ਕਿਲੀਟਰ ਦੁੱਧ। ਠੀਕ ਆ। ਹਾਂ 12-13 ਲੀਟਰ ਐਮ ਜੀ। ਆਪਾਂ ਸੱਚ ਬੋਲਣਾ ਡਾਕਟਰ, ਕੋਈ ਇਹਦੇ ਵਿੱਚ ਕੋਈ ਹੋਰ ਧੋਖਾ ਧੜੀ ਵਾਲੀ ਗੱਲ ਨਹੀਂ ਹੋਣੀ। ਠੀਕ ਆ। ਹਾਂ ਪਿਛਲੀ ਵਾਰੀ ਇਹ 15 ਵੀ ਕੱਢ ਦਿੰਦੀ ਸੀ, 16 ਵੀ ਕੱਢ ਦਿੰਦੀ ਸੀ, 14 ਦੀ ਵੀ ਰਹਿ ਜਾਂਦੀ ਸੀ। ਅੱਛਾ। ਠੀਕ ਆ। ਆਰਡਰ ਕਮਾਲ ਦਾ, ਥਣ ਬਹੁਤ ਚੰਗਾ। ਚਵਾਈ ਕਿਵੇਂ ਆ? ਚਵਾਈ ਜੀ ਓਕੇ ਆ, ਜਮਾ ਕੋਈ ਪ੍ਰੋਬਲਮ ਨਹੀਂ ਚਵਾਈ ਦੇ ਵਿੱਚ, ਨਾ ਕੋਈ ਭਾਰ ਦੀ ਸ਼ਿਕਾਇਤ ਕਾਸੇ ਦੀ ਵੀ ਜੀ। ਹਾਂ ਜੇ ਕੋਈ ਐ ਕਹਦੇ ਵੀ ਭਾਰ ਪੈਂਦਾ ਹੋਵੇ ਆਪਣੀ ਮੈਸ ਨੂੰ, ਕੋਈ ਪ੍ਰੋਬਲਮ ਹੋਵੇ ਕਾਹੇ ਦੀ। ਠੀਕ ਆ। ਆਪ ਸਕਦੇ ਵਾਲਾ ਘਰੇ ਬਸ ਬੰਨ ਕੇ ਬਾਹਰਲੇ ਘਰੇ ਸੌਂ ਜੇ, ਆਪਾਂ ਜੇ ਭਾਰ ਪੈ ਜੇ ਮਹਿੰਦੀ ਤਾਂ ਵੀ ਆਪਣੀ ਗਾਰੰਟੀ ਆ। ਖੋਲ ਦੇ ਬਾਈ, ਤੋੜ ਕੇ ਦਿਖਾਈਏ। ਫੇਸ ਬੜਾ ਚੰਗਾ, ਸਿੰਗ ਕੁਆਲਿਟੀ ਚੰਗੀ ਆ, ਨੀਲੀ ਰਾਵੀ ਦੇ ਬੱਚੇ ਬਹੁਤ ਚੰਗੇ ਪਾਓ, ਕਿਉਂ ਥੋੜੇ ਥੋੜੇ ਨੀਲੀ ਰਾਵੀ ਦੇ ਪੈਰਾਂ ਤੇ ਵੀ ਡੱਬਾ, ਮੱਥੇ ਤੇ ਵੀ ਵੱਲ ਹੈਗਾ ਬਾਈ। ਨੀਲੀ ਰਾਵੀ ਦੇ ਬੱਚੇ ਵੀ ਬਹੁਤ ਚੰਗੇ ਪਾਓ, ਮੋਹਰਾ ਨਸਲ ਦੇ ਬੱਚੇ ਚੰਗੇ ਪਾ ਦੋਗੀ। ਫੁੱਲ ਰਾਜੀ ਆ, ਫੁੱਲ ਘਰ ਦਾ, ਆਰਡਰ ਕਮਾਲ ਦਾ, ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ। ਕੱਚੀ ਜ਼ਰੂਰ ਆ ਬਾਈ, ਦਿਨ ਹਜੇ ਲੈਂਦੀ ਆ, ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ। ਤੇ ਬਾਈ ਦੇ ਘਰ ਦੀ ਮੱਝ ਆ ਹਨਾ ਬਾਈ? ਘਰ ਦੀ ਆ ਜੀ ਆਪਣੀ ਮੱਝ। ਠੀਕ ਆ ਬਾਈ। ਤੇ ਮੁੱਲ ਕੀ ਆ ਜਾਇਆ ਜਰ? ਮੁੱਲ ਕੀ ਰੱਖਿਆ ਜੀ ਇਹਦਾ ਜਾਇਜ? ਮੁੱਲ ਜੀ 1.5 ਦੀ ਦੇਣੀ ਆ ਜੀ। ਮਾਨਤਾਨ ਹੋ ਜੂ? ਕਰ ਦਿਆਂਗੇ, ਐਂ ਤਾਂ ਕੋਈ ਮਾਨਤਾਨ ਨਹੀਂ। ਠੀਕ ਆ, 1.5 ਲੱਖ ਰੁਪਿਆ ਬਾਈ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ। ਜੇ ਕੋਈ 70-75 ਹਜ਼ਾਰ ਦੀਆਂ ਦੋ ਲੈਂਦਾ, 7-7 ਕਿਲੋ ਵਾਲੀਆਂ, 8-8 ਕਿਲੋ ਵਾਲੀਆਂ, ਦੋ ਮਾਲ ਦਾ ਅਗਲਾ। ਸਹੀ ਗੱਲ ਆ ਬਾਈ। ਹਾਂ ਤੇ 15-16-17 ਲੀਟਰ ਵਾਲੀ ਕੱਲੀ ਪਾ ਲਓ। ਕੱਲੀ ਪਾ ਲਓ, ਬਾਕੀ ਹਜੇ ਕੱਚੀ ਕੱਚੀ ਆ ਯਾਰ, ਦਿਨ ਲਾਊਗੀ, ਬਣੂਗੀ ਬਹੁਤ ਹਨਾ ਬਾਈ। ਪੂਰੇ ਫੁੱਲ ਜੀ ਗਾਈਆਂ ਲੈ ਬਾ ਕੱਢੋ ਕੱਢੋ। ਬਹੁਤ ਠੀਕ ਆ। ਅੱਗੇ ਬਾਈ ਟੌਪ ਨਗੀਨਾ ਜਰਸੀ ਦਾ ਦਿਖਾਇਓ ਫੇਸ ਉਹਰੇ ਨੂੰ, ਇਹਦਾ ਫੇਸ ਕਰਿਓ ਬਾਈ ਉਹਰੇ ਨੂੰ, ਫੇਸ ਮੂੰਹ ਜਾ ਕਰ ਦੋ ਉਹਰੇ ਨੂੰ। ਕਿਹੜਾ ਸੂਆ ਸੁਣਦੀ ਆ ਕਰਮ ਵਾਲੀ? ਪਹਿਲਾ ਜੀ, ਪਹਿਲਾ ਖੀਰੀ। ਪਹਿਲਾ ਸੂਆ ਖੀਰੀ ਆ ਮੂੰਹੋਂ। ਹਾਂ ਠੀਕ ਆ। ਕਿੰਨੇ ਦਿਨ ਲੈਂਦੀ ਆ ਬਾਈ? ਇਹ ਵੀ 10 ਦਿਨ ਲੈ ਜੂ ਜੀ ਬਸ। ਕੀ ਰਿਕਾਰਡ ਆ ਦੁੱਧ ਦਾ ਦੀ ਮਾਂ ਦਾ ਬਾਈ? ਇਹਦਾ ਮਾਂ ਦਾ ਵੀ 20 ਕਿਲੋ ਦਾ ਰਿਕਾਰਡ ਸੀਗਾ ਜੀ। ਠੀਕ ਆ। ਫੇਸ ਬੜਾ ਚੰਗਾ, ਛੋਟਾ ਛੋਟਾ ਕੰਨ, ਬੋਦੀ ਬਾਦੀ ਬੜੀ ਚੰਗੀ ਆ, ਸਨੱਖ ਪੁਣਾ ਬਾਈ ਬੈਡ ਦੇ ਵਿੱਚ ਬਹੁਤ ਚੰਗਾ, ਬਾਕੀ ਗੋਲ ਗੋਲ ਪਈ ਆ, ਰਾਜੀ ਰੂਜੀ ਫੁੱਲ ਆ, ਥਣ ਬੜਾ ਚੰਗਾ, ਮੁੱਠੀ ਵਾਲਾ ਥਣ ਕੱਢਦੀ। ਪਹਿਲਾਂ ਨੂੰ ਐਡਾ ਥਣ ਲੱਗਣਾ ਬਹੁਤ ਵੱਡੀ ਗੱਲ ਆ। ਆਰਡਰ ਕਮਾਲ ਦਾ, ਹਜੇ ਕੱਚੀ ਆ, ਕਿੰਨੇ ਦਿਨ ਦੱਸਿਆ ਬਾਈ? 10 ਦਿਨ ਲੈ ਜੂ ਜੀ ਹਲੇ। ਖੋਲ ਦੇ ਬਾਈ, ਤੋੜ ਕੇ ਦਿਖਾ ਦੇ। ਠੰਡੀ ਸੀਲ ਆ ਡਾਕਟਰ, ਠੰਡੀ ਸੀਲ ਆ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਜਿਵੇਂ ਮਰਜ਼ੀ ਬੈਠਾ ਲੈ, ਕੋਈ ਚੱਕਰ ਨਹੀਂ। ਮਾਰ ਦੇ ਆਪਾਂ ਮੂਰ ਦੀ ਬੈਠੋ ਜਿੱਥੋਂ ਦੀ ਬੰਦੇ ਚੋਣੇ। ਸਹੀ ਗੱਲ ਆ ਬਾਈ, ਫੇਸ ਵੀ ਬੜਾ ਪਿਆਰਾ, ਬੋਦੀ ਬਾਦੀ ਚੰਗੀ ਆ, ਸਨੱਖ ਪੁਣਾ ਚੰਗਾ, ਦੰਦੋਂ ਵੀ ਬਾਈ ਖੀਰੀ ਆ, ਟੌਪ ਨਗੀਨਾ ਜਰਸੀ ਦੁੱਧ ਦੰਦਾ ਜੀ। ਦੁੱਧ ਦੰਦਾ ਹਜੇ ਬਣੂ ਪਲੂ ਹਜੇ ਬਹੁਤ ਬਾਈ ਹਨਾ, ਹਲੇ 22-23 ਮਹੀਨਿਆਂ ਦੀ ਵੱਛੀ ਆ। ਫੇਸ ਦੇਖੋ, ਬੋਦੀ ਬਾਦੀ ਬਹੁਤ ਚੰਗੀ ਆ, ਸਨੱਖ ਪੁਣਾ ਚੰਗਾ, ਗੋਲ ਗੋਲ ਪਈ ਆ ਬਾਈ, ਥਣ ਬੜਾ ਕਮਾਲ ਦਾ, ਮੁੱਠੀ ਵਾਲਾ ਥਣ, ਇਕੱਲਾ ਇਕੱਲਾ ਥਣ ਬਾਈ। ਤੇ ਇਹ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ? ਜਾਂ ਦੁੱਧ ਡਾਕਟਰ ਯਾਰ 20 ਕਿਲੋ ਵੀ ਕਢਾ ਲਾ, ਵੱਧ ਵੀ ਕਢਾ ਲਾ, ਤਾਂ ਅਗਲੇ ਦੇ ਸੇਵਾ ਤੇ ਸੇਵਾ ਤੇ ਆ। 20 ਕਿਲੋ ਤਾਂ ਦੇ ਦਿਓ ਬੱਚੀ।
ਸਹੀ ਗੱਲ ਆ ਬਈ। ਬਾਕੀ ਬਈ ਤੋਰਾ ਤਾਰਾ ਵੀ ਚੰਗਾ ਸਮੀ ਪਲੀ ਫੁੱਲ ਥਣ ਲੈ ਵਾ ਚੰਗਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਹੋਰ ਵਧੀਆ ਤਿਆਰ ਕਰ ਲੈਣਾ। ਬਾਕੀ ਕਲਰ ਬਹੁਤ ਚੰਗਾ ਲਾਲ ਕਲਰ ਆ ਡਿਮਾਂਡ ਬਹੁਤ ਜ਼ਿਆਦਾ ਆ ਫੇਸ ਬਈ ਬੜਾ ਪਿਆਰਾ ਛੋਟਾ ਛੋਟਾ ਕੰਨ ਜਾਤ ਬਰੀਟ ਕੰਨਿਓ ਕੋਈ ਘਾਟ ਨਹੀਂ ਬੱਚੇ ਬਹੁਤ ਚੰਗੇ ਪਾਊਗੀ। ਸੀਮਣ ਵੀ ਚੰਗਾ ਲਗਵਾਇਆ ਉਹ ਹਾਂ ਜੀ ਚੰਗਾ ਆਪਣੇ ਕੋਲ ਦਿਖਾ ਕਿਤਾਬ ਅੱਛੀ ਖੜੀ ਹੈ ਇਹ ਕਈ ਦਿਨ ਪੰਜ ਦਿਨ ਹੋ ਗਏ ਗਾਂਸੂ ਜੀ ਨੂੰ ਠੀਕ ਆ ਪੂਰਾ ਚੋਟੀ ਦਾ ਟੀਕੇ ਭਰਾਏ ਹੋਏ ਆ ਠੀਕ ਆ ਕੀ ਮੁੱਲ ਆ ਫਿਰ ਇਹਦਾ ਬੈਡ ਦਾ ਬਈ ਮੁੱਲ ਕੀ ਹੈ ਇਹ ਜੀ ਦੇਣ ਲੈਣੀ 1,15,000 ਦੀ ਹੈ ਬਸ ਅੱਜ ਠੀਕ ਆ ਮਾਨਦਾਨ ਹੋ ਜੇ ਬਸ ਮਾੜਾ ਮੋਟਾ ਕਰਾਂਗੇ ਜੀ ਕੋਈ ਬਾਹਲਾ ਨਹੀਂ ਆਪਾਂ ਵੀ ਕੋਈ 1,15,000 ਰੁਪਇਆ ਮੁੱਲ ਆ ਬਾਕੀ ਚਲੋ ਲੱਖ ਦਾ ਡਾਕਟਰ ਖਾ ਗਿਆ ਇਹ ਸਹੀ ਗੱਲ ਹੈ ਕਹਿੰਦੇ ਜੇ ਉਹ ਕਰਨੀ ਹੈ 1,15,000 ਰੁਪਇਆ ਮੁੱਲ ਆ ਬਈ ਮਾਨਦਾਨ ਚਲੋ ਜ਼ਰੂਰ ਹੋਊਗਾ। ਅੱਗੇ ਬਈ 3 ਨੰਬਰ ਤਾਜ਼ੀ ਸੂਈ ਵੀ ਬੜਾ ਤਾਜ਼ੀ ਸੂਈ ਆ ਜੀ ਉਹ ਜਮਾ ਤਾਜ਼ੀ ਕਿਹੜਾ ਸੂਆ ਸੂਈ ਆ ਬਈ ਦੂਜਾ ਪਿਓਰ ਕਦੋਂ ਸੂਈ ਆ ਬਈ ਇਹ ਪਰਸੋਂ ਰਾਤ ਨੂੰ ਸੂਈ ਆ 7 ਵਜੇ ਜੀ ਇਹ ਬੱਚਾ ਕੀ ਦੇਤਾ ਬਈ ਬੱਚੀ ਆ ਜੀ ਬੱਚੀ ਇਹ ਵੀ ਬੱਚੀ ਬੜੀ ਚੰਗੀ ਆ ਯਾਰ ਹਨਾ ਹਾਂ ਬੱਚਿਆਂ ਨੂੰ ਉਹ ਵੀ ਬੈਠੀ ਆ ਜੇ ਬੱਚੀ ਆਪਣੀ ਟੌਪ ਦੀ ਬੱਚੀ ਉਹ ਹੈ ਸਹੀ ਗੱਲ ਆ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਕਿੰਨੇ ਬੋਲੀ ਤੇ ਹੁਣ ਬੋਲਾ ਡਾਕਟਰ ਤੜਕੇ ਕੱਢਿਆ ਸੀ ਥੱਲੇ ਮੈਂ ਕਹਿੰਦਾ 7-8 ਕਿਲੋ ਇਹਦੇ ਥਾਣ ਬੜਾ ਚੰਗਾ ਯਾਰ ਹਨਾ ਖੋਲੀ ਬਈ ਤੋੜ ਕੇ ਦਿਖਾ ਦੀ ਆਰਡਰ ਬਈ ਪਛਾਣ ਹੋਈ ਬਹੁਤ ਚੰਗਾ ਕੱਢਦੀ ਆ ਦੇਖੋ ਗਿੱਠ ਲੇਵਾ ਮਗਰ ਨੂੰ ਦਿਖਾਉਂਦੀ ਆ ਬਾਕੀ ਹਜੇ ਚੋਣੀ ਆ ਡਾਕਟਰ ਹਲੇ ਆਪਾਂ ਹਾਂ ਉਹਨੂੰ ਕਹਿ ਦਈਏ ਵੀ ਹੁਣ ਚੋ ਕੇ ਸ਼ਾਮ ਦਾ ਵੇਲਾਗਾ ਹਾਂ ਹਾਂ ਬਈ ਚਵਾਈ ਜਵਾਬ ਤਕਰੀਬਨ ਅੱਧਾ ਘੰਟਾ ਰਹਿ ਗਿਆ ਉਹ ਬਈ ਬਸ ਹਾਂ ਬਸ ਅੱਧੇ ਘੰਟੇ ਚੋ ਜਾਗੇ ਡਾਕਟਰ ਠੀਕ ਆ ਬਈ ਉਸ ਹਿਸਾਬ ਨਾਲ ਜਜਮੈਂਟ ਕਰ ਲਓ ਬਣੀ ਬਣੀ ਚੰਗੀ ਆ ਥਣ ਲੇਵਾ ਬੜਾ ਚੰਗਾ ਬਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਜਾ ਦੁੱਧ ਜੇ ਹੁਣ ਜਾ ਕੇ ਸੁਣ ਕਿੰਨਾ ਕੁ ਦੁੱਧ ਦੇ ਦੂ ਜੀ ਦੁੱਧ ਡਾਕਟਰ ਇਹਨੂੰ 30 ਕਿਲੋ ਕੀ ਬਾਹਲਾ ਜਾ ਡਾਕਟਰ ਇਹੋ ਜੀ ਬੱਚੀ ਨੂੰ ਠੀਕ ਆ ਹਾਂ ਆਰਡਰ ਕਮਾਲ ਦਾ ਥਣ ਥਣ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਰਾਜੀ ਰੋਜੀ ਫੁੱਲ ਆ ਬੈਡ ਬਈ ਕੱਦ ਬੈਡ ਵੀ ਚੰਗਾ ਡਾਕਟਰ ਤੈਨੂੰ 2 ਗੱਟੇ ਟਰਾਂਸ਼ਨ ਦੇ ਖਾਦੇ ਵੇ ਇਹਦੇ ਅੱਛਾ ਹਾਂ ਇਹੋ ਜੀ ਗੱਲ ਨਹੀਂ ਹੈਗੀ ਆਪਾਂ ਪਾਉਨੇ ਟਰਾਂਸ਼ਨ ਆਹੀ ਬੱਚੀ ਖਾਦੀ ਆ ਖੁੱਲੀ ਪਾਉਨੇ ਆ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਆ ਬੱਚੀ ਨੇ ਵੀ ਸਾਲ 1.5 ਸਾਲ ਨੂੰ ਬਈ ਨਾਲ ਹੀ ਤਿਆਰ ਹੋ ਜਾਣਾ ਫੇਸ ਬੜਾ 22 ਮਹੀਨੇ ਦੀ ਸੂ ਗਈ ਉਹ ਅੱਛਾ ਤੇ ਕੀ ਮੁੱਲ ਆ ਫਿਰ ਇਹਦਾ ਜਾਇਜ਼ ਦਾ ਇਹਦਾ ਡਾਕਟਰ ਅੱਜ ਜੇ ਅੱਜ ਕਿਸੇ ਨੇ ਲੈ ਕੇ ਆਣੀ ਆ ਤੇ ਜਿਸ ਨੂੰ 1,15,000 ਦੀ ਅੱਜ ਦੇ ਦੇਗਾ ਮਾਨਦਾਨ ਹੋ ਜੂ ਬਾ ਮੜਾ ਮੋਟਾ ਕਰ ਦੇਗਾ ਅੱਜ ਠੀਕ ਆ ਬਈ 1,15,000 ਰੁਪਇਆ ਮੁੱਲ ਆ ਦੁੱਧ ਤੇ ਆ ਗਈ ਫੇਰ ਦੇਖੋ ਫਿਰ ਠੀਕ ਆ ਬਈ 1,15,000 ਰੁਪਇਆ ਮੁੱਲ ਆ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂ ਹਾਂ ਤੁਹਾਨੂੰ ਦੇਖ ਦੋ ਪੂਰੀ ਠੰਡੀ ਸੀ ਦਾ ਜਮਾ ਆਰਡਰ ਬੜਾ ਚੰਗਾ ਹਨਾ ਮੁੱਠੀ ਵਾਲਾ ਬਸ ਮਾ ਜੀ ਕੋਈ ਹੋਣ ਕੋਈ ਭੂਰ ਨਹੀਂ ਸ਼ਰਲਾ ਨਹੀਂ ਕਿਸੇ ਚ ਨਾਗ ਭਰਾ ਕੋਲੇ ਸੀਗੇ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤਿੰਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ।